ਜਦੋਂ ਮੈਂ ਬਾਹਰ ਸੀ 15 ਕੁ ਦਿਨ ਇੱਕ ਰੈਸਟੋਰੈਂਟ 'ਚ ਨੌਕਰੀ ਕੀਤੀ, ਜਿਵੇਂ ਆਪਣੇ ਸਾਰੇ ਪੰਜਾਬੀਆਂ ਨੂੰ ਆਦਤ ਹੈ ਵੀ ਕੋਈ ਵੀ ਕੰਮ ਕਰਨ ਲੱਗੇ ਕੋਲੇ ਮੋਬਾਈਲ ਚਲਾ ਕੇ ਰੱਖ ਲੈਂਦੇ ਆ, ਉਵੇਂ ਮੈਂ ਗਾਜਰਾਂ ਗੋਭੀ ਗੰਢੇ ਵੜਦਾ ਨਾਲ ਫੇਸਬੁੱਕ 'ਤੇ ਖਬਰਾਂ ਚਲਾ ਕੇ ਰੱਖ ਲਿਆ ਕਰਾਂ। ਮੇਰਾ ਮਾਲਕ ਚੌਥੇ ਕਦੇ ਮੈਨੂੰ ਕਹਿੰਦਾ ਵੀ ਤੂੰ ਖਬਰਾਂ ਬਹੁਤ ਸੁਣਦਾ, ਤੇਰਾ ਜੀਓ ਪੋਲੀਟਿਕਸ 'ਚ ਬਹੁਤ ਇੰਟਰਸਟ ਆ। ਉਹ ਮੈਂ ਕਿਹਾ ਨਾ ਨਾ ਜਾਉਣ, ਆ ਜੀਓ ਏਅਰਟੈਲ ਪੋਲੀਟਿਕਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਮੈਂ ਕਿਹਾ ਸਾਨੂੰ ਤਾਂ ਇੰਟਰਨੈਟ 'ਤੇ ਅਪਡੇਟ ਵਾਲਾ ਰਹਿਣਾ ਪੈਂਦਾ। ਕਹਿੰਦਾ ਕਿਵੇਂ? ਮੈਂ ਕਿਹਾ ਜਿਵੇਂ ਸਾਡੇ ਹਰ ਰੋਜ਼ ਫੇਸਬੁੱਕ 'ਤੇ ਨਵੇਂ 5-6 ਦਾ ਗਦਾਰ ਡਿਕਲੇਅਰ ਕਰੇ ਹੁੰਦੇ ਨੇ, ਉਹਨਾਂ ਨਾਲ ਨਾਤਾ ਤੋੜਨਾ ਫਿਰ? ਉਹ ਤਾਂ ਹੈਸ਼ਟੈਗ 'ਤੇ ਪਤਾ ਲੱਗਦਾ ਵੀ ਰਾਤ ਕਿਹੜਾ ਮਾਂਜਿਆ ਗਿਆ। ਦੂਜਾ ਮੈਂ ਕਿਹਾ ਸਭ ਤੋਂ ਵੱਡਾ ਕਾਰਨ ਆ ਵੀ ਸਾਡੇ ਉੱਥੇ ਹਰੇਕ ਦੀ ਲੋਅਰ ਦੀ ਜੇਬ 'ਚ ਮੁਲਕ ਦੀ ਚਾਬੀ ਹੈ। ਜਦੋਂ ਕਿਸੇ ਦਾ ਜੀ ਕੱਚਾ ਹੋਇਆ, ਜੀ ਨਹੀਂ ਲੱਗਦਾ, ਉਹਨੇ ਚਾਬੀ ਕੱਢਣੀ ਆ, ਸ਼ਟਰ ਸੱਟ ਕੇ ਕਹਿਣਾ ਕੱਲ ਨੂੰ ਮੁਲਕ ਬੰਦਾ ਹੋਏ, ਉਹ ਵੀ ਅਪਡੇਟ ਰਹਿਣਾ ਪੈਂਦਾ। ਤੀਜਾ ਮੈਂ ਕਿਹਾ ਫਿਰ ਸਾਡੇ ਨਾ ਚੀਜ਼ਾਂ ਬੈਨ ਬਹੁਤ ਹੁੰਦੀਆਂ ਨੇ, ਉਹ ਵੀ ਸਵੇਰੀ ਪਤਾ ਲੱਗਦਾ, ਕੁਛ ਤਾਂ ਲੌਜੀਕਲ ਨੇ ਕੁਛ ਇਲੌਜੀਕਲ। ਮੈਂ ਕਿਹਾ ਵੀ ਜਿਵੇਂ ਹੁਣ ਸਾਡੇ ਮਸ਼ਹੂਰ ਚੀਜ਼ਾਂ ਬਹੁਤ ਬੈਨ ਨੇ, ਬਾਨੀ ਦਾ ਸਿਮ ਬੈਨ ਆ, ਡਾਨੀ ਦਾ ਸ਼ੈਲਰ ਬੈਨ ਹੈ, ਬਾਲੀਵੁੱਡ ਦੀਆਂ ਫਿਲਮਾਂ, ਪੰਜਾਬੀ ਚੱਕਵੇਂ ਗਾਣੇ, ਅਲਾਂਟੇ ਵਰਗੇ ਮੌਲ, ਵੱਡੇ ਵੱਡੇ ਜਾਂ ਵੱਡੇ ਬ੍ਰਾਂਡ, ਮੈਂ ਸਭ ਕੁਛ ਬੈਨ। ਉਹ ਕਹਿੰਦਾ ਇਟਸ ਸ਼ੌਕਡ ਯਾਰ, ਕਹਿੰਦਾ ਤੂੰ ਜਵਾਨੀ ਹੱਥਾਂ 'ਚੋਂ ਨਹੀਂ ਨਿਕਲਦੀ। ਮੈਂ ਇਹੀ ਚੀਜ਼ਾਂ ਤੋਂ ਡਰਦੇ, ਮੈਂ ਕਿਹਾ ਅਸੀਂ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ ਬਦਮਾਨਾਂ ਨੂੰ, ਜਿਹੜੇ ਆਪਦੀ ਖਿਜਾਂ ਕੱਢਣ ਲਈ ਉਈ ਚੀਜ਼ਾਂ ਬੈਨ ਕਰ ਲੈਂਦੇ ਨੇ ਵੀ ਬਾਈ ਤੁਸੀਂ ਨਾ ਸਾਡੇ ਅੱਖਾਂ 'ਤੇ ਕਾਲੀਆਂ ਜਾਂ ਪੱਟੀਆਂ ਬੰਨ ਕੇ ਸਾਨੂੰ ਅੰਨੇ ਝੋਟੇ ਬਣਾ ਲਓ, ਬਲੈਰੋ ਕੈਂਪਰਾਂ ਦੇ ਮਗਰ ਸੱਟ ਕੇ ਲਾ ਲਓ ਡਾਲੇ, ਇੱਧਰ ਪਨਾਮਾ ਦੇ ਜੰਗਲਾਂ 'ਚ ਨਹੀਂ ਲਾਇਓ। ਨਾ ਗਾਣਾ ਚੱਲੇ, ਨਾ ਕੋਈ ਚੱਲੇ ਫਿਲਮ, ਭੈਣ ਨਹੀਂ ਜਿੰਗਾ ਲਾਲਾ ਜਿੰਗਾ ਲਾਲਾ ਹੀ ਹੋਣੀ, ਨਾ ਕੋਈ ਬ੍ਰਾਂਡਡ ਕੱਪੜਾ ਪਾਈਏ, ਨਾ ਲੈਣਾ ਨਾ ਦੇਣਾ, ਆਉਣ ਜਾਣ ਨੂੰ ਰਿਸੈਪਸ਼ਨ 'ਤੇ ਕੇਲਿਆਂ ਦੇ ਛਿਲਕੇ 'ਚ ਲਾ ਲਿਆ ਦੇਣਾ। ਕਿਉਂ ਲੈਣ ਦੋ ਭੈਣ ਨੇ ਮੁਲਕ ਬਾਂਦਰ ਕੀਲਾ ਬਣਾਇਆ, ਜਿੱਧਰ ਨਿਕਲੋ ਛੱਤਰੀ ਛੱਤਰ ਖੜਕੀ ਜਾਂਦਾ। ਪਾਠ ਪੂਜਾ ਵਾ ਲਾਓ ਬੱਚਿਓ।